ਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਸ ਤਰ੍ਹਾਂ ਕਿ ਜਿਹੜਾ ਫਤਿਹਾਬਾਦ ਤੇ ਰਤੀਆ ਰੋਡ ਦੇ ਉੱਤੇ ਜਿਹੜਾ ਉਥੇ ਸਾਡਾ ਜਰਨੈਲ ਸਿੰਘ ਜੀ ਚਹਿਲ ਜਿਹੜੀ ਕਿ BKU ਖੇਤੀ ਬਚਾਓ ਸੰਗਠਨ ਵੱਲੋਂ ਉਥੇ ਮੋਰਚਾ ਚੱਲ ਰਿਹਾ ਤੇ ਸਰਕਾਰ ਜਿਹੜੀ ਆ ਉਥੇ ਕਿਸੇ ਕਿਸਮ ਦੀ ਜੇ ਕੋਈ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਕੋਈ ਜ਼ਬਰਦਸਤੀ ਕੀਤੀ ਉਹਨਾਂ ਦੇ ਨਾਲ ਕੋਈ ਧੱਕਾਸ਼ਾਹੀ ਕੀਤੀ ਤੇ ਉਹ ਜਿਹੜਾ ਮੋਰਚਾ ਉਥੇ ਚੱਲ ਰਿਹਾ ਮੈਂ ਅੱਜ ਉਥੇ ਜਾ ਕੇ ਆਇਆ ਕਿਉਂਕਿ ਮੈਂ ਕੱਲ ਰਾਣੀਆਂ ਐਲਾਬਾਦ ਸਰਸਾ ਹੁੰਦਾ ਹੋਇਆ ਮੈਂ ਉਥੋਂ ਫਤਿਹਾਬਾਦ ਤੋਂ ਹੋ ਕੇ ਆਇਆ ਤੇ ਜਿਸ ਤਰ੍ਹਾਂ ਕਿ ਉਥੇ ਮੋਰਚਾ ਬਹੁਤ ਸ਼ਾਂਤਮਈ ਤਰੀਕੇ ਦੇ ਨਾਲ 13 ਤਰੀਕ ਤੋਂ ਲੈ ਕੇ ਤੇ ਬਹੁਤ ਵੱਡੇ ਪੱਧਰ ਤੇ ਬਹੁਤ ਵਧੀਆ ਢੰਗ ਦੇ ਨਾਲ ਸ਼ਾਂਤਮਈ ਧਰਨਾ ਜਿਹੜਾ ਉਹ ਚੱਲ ਰਿਹਾ ਤੇ ਪਤਾ ਲੱਗਾ ਕਿ ਸਰਕਾਰ ਜਿਹੜੀ ਆ ਜਿਹੜੀ ਪੁਲਿਸ ਹੈ ਉਹਨਾਂ ਦੇ ਉੱਤੇ ਕੋਈ ਜ਼ਬਰਦਸਤੀ ਕਰਨਾ ਚਾਹੁੰਦੀ ਆ ਤੇ ਸਰਕਾਰ ਨੂੰ ਇੱਕ ਚੇਤਾਵਨੀ ਆ ਰਹਿਣਾ ਸਰਕਾਰ ਨੂੰ ਕਿ ਜੇ ਕਿਸੇ ਵੀ ਕਿਸਮ ਦੀ ਉਹਨਾਂ ਦੇ ਨਾਲ ਜ਼ੋਰ ਅਜ਼ਮਾਈ ਕੀਤੀ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਿਹੜਾ ਵਹੀਰਾ ਘੱਤ ਕੇ ਉਧਰ ਨੂੰ ਜਾ ਸਕਦਾ ਸੋ ਉਹ ਮੋਰਚਾ ਜਿਹੜਾ ਚੱਲ ਰਿਹਾ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਮੈਂ ਕੱਲ ਐਲਾਬਾਦ ਰਾਣੀਆਂ ਸਰਸੇ ਬਹੁਤ ਸਾਰੀਆਂ ਮੀਟਿੰਗਾਂ ਉੱਥੇ ਕਰਕੇ ਆਇਆ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਆ ਉਹ ਪਹਿਲਾਂ ਵੇਖ ਰਿਹਾ ਸੀ ਕਿ ਜਿਹੜੀ ਸਰਕਾਰ ਆ ਵੀ ਇਹ ਸਾਡੇ ਤੇ ਉੱਥੇ ਉਹਨਾਂ ਨੇ ਦੱਸਿਆ ਕਿ ਨਥੋਰ ਪਿੰਡ ਦੇ ਵਿੱਚੋਂ 5 ਟਰਾਲੀਆਂ ਜਿਹੜੀਆਂ ਸਨ ਉਹ ਉਹਨਾਂ ਨੇ ਕੱਢੀਆਂ ਲੈ ਕੇ ਚੱਲਣ ਲੱਗੇ ਤੇ ਕਰੀ ਵਾਲਾ ਪੁਲਿਸ ਚੌਂਕੀ ਜਿਹੜੀ ਆ ਉਹਨਾਂ ਨੂੰ ਉੱਥੇ ਜਾ ਕੇ ਬਹੁਤ ਧਮਕੀਆਂ ਦਿੱਤੀਆਂ ਤੁਹਾਡੇ ਤੇ ਪਰਚੇ ਕਰਾਂਗੇ ਹੁਣ ਉਹੀ ਬੰਦੇ ਜਿਨ੍ਹਾਂ ਨੂੰ ਮੈਂ ਕੱਲ ਮਿਲ ਕੇ ਆਇਆ ਤੇ ਉਹ ਆਉਣ ਦੀ ਤਿਆਰੀ ਚ ਨੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਲੋਕਾਂ ਦੇ ਵਿੱਚ ਇੰਨਾ ਜਜ਼ਬਾ ਤੇ ਲੋਕ ਇਸ ਚੀਜ਼ ਤੋਂ ਤੰਗ ਨੇ ਕਿ ਸਰਕਾਰ ਜਿਹੜੀ ਆ ਇਹ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਹੈ ਸਾਡੀਆਂ ਜਾਇਜ਼ ਮੰਗਾਂ ਉਹ ਮੰਨਣ ਦੀ ਬਜਾਏ ਸਾਡੇ ਤੇ ਗੋਲੀਆਂ ਚਲਾ ਰਹੀ ਆ ਸਾਡੇ ਬੱਚਿਆਂ ਨੂੰ ਜ਼ਬਰਦਸਤੀ ਚੁੱਕ ਕੇ ਲਿਜਾ ਰਹੇ ਆ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਕੁੱਟਿਆ ਜਾ ਰਿਹਾ ਇਹ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਹੈ ਤੇ ਇਹ ਮੋਰਚਾ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਔਰ ਕੱਲ੍ਹ ਤੋਂ ਬਹੁਤ ਸਾਰੇ ਲੋਕ ਜਿਹੜੇ ਇੱਥੇ ਵੀ ਆਉਣਗੇ ਔਰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ੍ਹ ਚੰਬੂ ਬਾਰਡਰ ਦੇ ਉੱਤੇ 200 ਗੱਡੀਆਂ ਦਾ ਕਾਫਲਾ ਪੰਜਾਬ ਦੇ ਵਿੱਚੋਂ ਵੱਖ ਵੱਖ ਜਿਸ ਤਰ੍ਹਾਂ ਕਿ ਫਿਰੋਜ਼ਪੁਰ ਫਰੀਦਕੋਟ ਲੁਧਿਆਣਾ ਤੇ ਇਹਨਾਂ ਸਾਰੇ ਸ਼ਹਿਰਾਂ ਤੋਂ ਅੰਮ੍ਰਿਤਸਰ ਤੋਂ ਰੋਪੜ ਤੋਂ 200 ਗੱਡੀਆਂ ਦਾ ਕਾਫਲਾ ਜਿਹੜਾ ਉਹ ਕੱਲ੍ਹ ਸ਼ੰਭੂ ਬਾਰਡਰ ਦੇ ਉੱਤੇ ਆ ਰਿਹਾ ਭਾਵ ਲੋਕਾਂ ਦੇ ਵਿੱਚ ਇਸ ਮੋਰਚੇ ਦੇ ਪ੍ਰਤੀ ਬਹੁਤ ਉਤਸ਼ਾਹ ਆ ਔਰ ਇਹ ਮੋਰਚਾ ਚੜ੍ਹਦੀ ਕਲਾ ਜਾਏਗਾ ਔਰ ਜਿੱਤ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।